ਜੈ ਸ਼੍ਰੀ ਰਾਮ ਜੀ, ਜੈ ਬਾਬਾ ਮੁਰਾਦ ਸ਼ਾਹ ਜੀ, ਜੈ ਸਾਈਂ ਗੁਲਾਮ ਸ਼ਾਹ ਜੀ। ਅੱਜ ਸਾਈਂ ਗੁਲਾਮ ਸ਼ਾਹ ਜੀ ਦੇ 16ਵੇਂ ਉਰਸ ਦੇ ਮੌਕੇ ਤੇ ਮੇਰੇ ਰਾਮ ਵੈਲਫੇਅਰ ਕਲੱਬ ਵੱਲੋਂ ਸਿਵਲ ਹਸਪਤਾਲ ਦੇ ਨਜ਼ਦੀਕ ਸਾਲਾਨਾ ਲੰਗਰ ਲਗਾਇਆ ਗਿਆ ਜੀ। ਅਸੀਂ ਇੱਥੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਲੱਖ ਲੱਖ ਸ਼ੁਕਰਗੁਜ਼ਾਰ ਕਰਦੇ ਹਾਂ ਜੋ ਉੱਥੇ ਆ ਕੇ ਉਹਨਾਂ ਨੇ ਸਾਡੇ ਮੇਲੇ ਦੀ ਸ਼ੋਭਾ ਵਧਾਈ। ਅਸੀਂ ਸਾਈਂ ਜੀ ਮੋਰੇ ਇਹੀ ਅਰਦਾਸ ਕਰਦੇ ਹਾਂ ਕਿ ਸਮੂਹ ਸੰਗਤਾਂ ਦੇ ਉੱਪਰ ਇੱਦਾਂ ਹੀ ਆਪਣਾ ਆਸ਼ੀਰਵਾਦ ਬਣਾਈ ਰੱਖਣ, ਜੋ ਇੱਦਾਂ ਹੀ ਮੇਲਾ ਹਰ ਸਾਲ ਦੀ ਤਰ੍ਹਾਂ ਭਰਦਾ ਰਹੇ। ਅਸੀਂ ਖਾਸ ਤੌਰ 'ਤੇ ਆਪਣੇ NRI ਵੀਰਾਂ ਦਾ ਅਤੇ ਜਿੰਨੇ ਵੀ ਸਾਡੇ ਵੀਰਾਂ ਨੇ ਸਾਡਾ ਸਹਿਯੋਗ ਕੀਤਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਲਈ ਇੱਦਾਂ ਹੀ ਸਾਰਾ ਸਾਲ ਖੁਸ਼ੀਆਂ ਭਰਿਆ ਲਿਆ ਗਿਆ ਵੇ। ਜੈ ਸਾਈਂ ਜੀ, ਜੈ ਬਾਬਾ ਮੁਰਾਦ ਸ਼ਾਹ ਜੀ, ਜੈ ਸ਼੍ਰੀ ਰਾਮ। ਜੈ ਬਾਬਾ ਮੁਰਾਦ ਸ਼ਾਹ ਜੀ, ਅੱਜ ਲਾਡੀ ਸਾਈਂ ਜੀ ਦੇ 16ਵੇਂ ਉਰਸ ਦੇ ਉੱਪਰ ਜੋ ਮੇਰੇ ਰਾਮ ਵੈਲਫੇਅਰ ਕਲੱਬ ਵੱਲੋਂ ਲੰਗਰ ਲਗਾਇਆ ਗਿਆ, ਉਸ ਵਿੱਚ ਜੋ ਵੀ ਸੰਗਤ ਨੇ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਅਤੀ ਧੰਨਵਾਦ ਕਰਦੇ ਹਾਂ। ਅਤੇ ਉਹਨਾਂ ਨੂੰ ਅੱਗੇ ਤੋਂ ਬੇਨਤੀ ਕਰਦੇ ਹਰ ਸਾਲ ਆਪਾਂ ਇਸ ਤਰ੍ਹਾਂ ਰਲ ਮਿਲ ਕੇ ਹੀ ਲਾਡੀ ਸਾਈਂ ਦੇ ਮੇਲੇ ਵਿੱਚ ਉਤਸ਼ਾਹ ਨਾਲ ਲੰਗਰ ਲਗਾਈਏ ਅਤੇ ਸੰਗਤ ਦੀ ਵੱਧ ਤੋਂ ਵੱਧ ਸੇਵਾ ਕਰ ਸਕੀਏ। ਜੈ ਸ਼੍ਰੀ ਰਾਮ ਜੀ। ਅੱਜ ਮੇਰੇ ਰਾਮ ਵੈਲਫੇਅਰ ਕਲੱਬ ਰਜਿਸਟਰ ਨਕੋਦਰ ਵੱਲੋਂ ਸਾਈਂ ਜੀ ਦੇ ਸਾਲਾਨੇ ਉਸ 'ਤੇ ਜਿਹੜਾ ਵਿਸ਼ਾਲ ਲੰਗਰ ਲਾਇਆ ਗਿਆ, ਉਸ ਲੰਗਰ ਵਿੱਚ ਸਾਨੂੰ ਸਾਰੇ ਸ਼ਹਿਰ ਨੇ ਬਹੁਤ ਸਹਿਯੋਗ ਦਿੱਤਾ ਅਤੇ NRI ਵੀਰਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ। ਅਸੀਂ ਸਾਈਂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇੱਦਾਂ ਹੀ ਸਾਰੇ ਰਲ ਮਿਲ ਕੇ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਧਾਰਮਿਕ ਕਾਰਜ ਕਰਦੇ ਰਹੀਏ ਅਤੇ ਏਕਤਾ ਦਾ ਬਲ ਮਤਲਬ ਸਾਰੇ ਇਕੱਠੇ ਹੋ ਕੇ ਇਹ ਕੰਮ ਕਰੀਏ ਅਤੇ ਰਲ ਮਿਲ ਕੇ ਰਹੀਏ। ਜੈ ਸ਼੍ਰੀ ਰਾਮ।